ਐ ਵੇਖੋ ਮਾਸ਼ਾਅੱਲਾ ਬਸ਼ੇਰਾ ਆ ਰਿਹਾ ਜੇ ਲਓ ਜਨਾਬ ਬਹੁਤ ਮਾਸ਼ਾਅੱਲਾ ਅੱਛਾ ਸੋਹਣਾ ਬਸ਼ੇਰਾ ਔਰ ਨੁਕਰੇ ਰੰਗ ਦੀ ਇੱਕ ਘੋੜੀ ਵੀ ਹੈ ਅਤੇ ਜਨਾਬ ਅਸੀਂ ਇਸ ਵਕਤ ਰਾਏਵਿੰਡ ਰੋਡ ਦੇ ਉੱਤੇ ਅਸੀਂ ਆਏ ਹੋਏ ਹਾਂ ਡੇਰੇ ਦੇ ਉੱਪਰ ਅਤੇ ਜਨਾਬ ਇਨਸ਼ਾਅੱਲਾ ਤਾਲਾ ਇਹ ਘੋੜੀ ਔਰ ਬਸ਼ੇਰਾ ਜਿਹੜਾ ਫੋਰ ਸੇਲ ਨੇ ਅਤੇ ਅਸੀਂ ਇਸ ਵੀਡੀਓ ਨੂੰ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਾਡੀ ਵੀਡੀਓ ਨੂੰ ਪੂਰਾ ਦੇਖਿਆ ਜੇ ਅਤੇ ਲਾਈਕ ਸ਼ੇਅਰ ਦੋਸਤਾਂ ਨਾਲ ਜ਼ਰੂਰ ਕਰਿਆ ਜੇ ਅਤੇ ਚਲੋ ਜ਼ਰਾ ਮਜ਼ੀਦ ਜਿਹੜਾ ਤੁਹਾਨੂੰ ਵੀਡੀਓ ਕਰੀਬ ਤੋਂ ਵਿਖਾਉਂਦੇ ਹਾਂ ਜਾਨਵਰਾਂ ਦੇ ਬਾਰੇ ਦੇ ਵਿੱਚ ਵੀ ਟੋਰਾ ਸ਼ੋਰਾ ਵੀ ਹਰ ਚੀਜ਼ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਨਾਬ ਅਤੇ ਚਲੋ ਸ਼ੁਰੂ ਕਰਨਾ ਹੈ ਜੀ ਚਲੇ ਗਏ ਚਲ ਫੜ ਫੜ ਇਹ ਸਕੀਮ ਨੂੰ ਇਹਨਾਂ ਨੱਸ ਜਾਣਾ ਸਾਡੇ ਕੋਲੋਂ ਇੱਥੇ ਤੁਸੀਂ ਇੱਥੇ ਬਣਾ ਲਓ ਰਸਤੇ ਦੇ ਅੱਛਾ ਹਾਂਜੀ ਭੱਜ ਜਾਣਗੇ ਇਹਦੇ ਰਸਤੇ ਤੇ ਬੜਾ ਬਾਬੂਆ ਬੰਦ ਕਰ ਚਲ ਫੜ ਫਿਰ ਉਹਦੇ ਚਲ ਲਓ ਜੀ ਫੜ ਫਿਰ ਉੱਥੋਂ ਤੀਕਰ ਚਲ ਛੱਡੋ ਇਹ ਤਾਂ ਮੈਂ ਇੱਥੋਂ ਹੀ ਲੈ ਜਾਣਾ ਇਹਨੂੰ ਸਕੀਮ ਤੇ ਵੀ ਲੈ ਜਾਈਏ ਲੇਕਿਨ ਬਾਅਦ ਉਹ ਮੁਸੀਬਤ ਬੜੀ ਬਣ ਜਾਣੀ ਇਹਨਾਂ ਪੁਲਿਸ ਨੇ ਠੀਕ ਬਣਾ ਬਣਾ ਸਿਰ ਕੋਲਾ ਕਰੀ ਕੱਢਿਆ ਲਓ ਜਨਾਬ ਮਾਸ਼ਾਅੱਲਾ ਹਾਂਜੀ ਚਲੋ ਇੱਥੇ ਹੀ ਚੱਲੋ ਆਪਣੇ ਬੂਹੇ ਅੱਗੇ ਚੱਲੋ ਲਓ ਜੀ ਆਪਣੇ ਬੂਹੇ ਅੱਗੇ ਜੀ ਜਨਾਬ ਚੱਲ ਰਿਹਾ ਜੀ ਲਓ ਜੀ ਮਾਸ਼ਾਅੱਲਾ ਤੁਸੀਂ ਦੇਖੇ ਜੇ ਘੋੜੀ ਦੇ ਕਰੰਟ ਸ਼ਰੰਟ ਵੀ ਲਓ ਜੀ ਕਰੰਟ ਸ਼ਰੰਟ ਵੀ ਤੁਸੀਂ ਮਾਸ਼ਾਅੱਲਾ ਵੇਖੇ ਨੇ ਔਰ ਇਹਨੂੰ ਹੁਣ ਬੂਹੇ ਦੇ ਅੱਗੇ ਲਿਜਾਣ ਲੱਗੇ ਹਾਂ ਅਤੇ ਮਾਸ਼ਾਅੱਲਾ ਉਹਨੂੰ ਟਰਾਈ ਸ਼ਰਾਈ ਲਓ ਜੀ ਟਰਾਈ ਸ਼ਰਾਈ ਵੀ ਅਸੀਂ ਤੁਹਾਨੂੰ ਦਾਨ ਲੱਗੇ ਉਹਨਾਂ ਨੇ ਕਿਹਾ ਜੀ ਉੱਥੋਂ ਤਾਂ ਭੱਜ ਜਾਏਗੀ ਘੋੜੀ ਅਤੇ ਇੱਥੋਂ ਇਹ ਬਸ ਇੱਥੇ ਹੀ ਇਹਦੇ ਅੰਦਾਜ਼ ਵਿਖਾ ਦੇ ਇੱਥੇ ਹੀ ਬਸ ਇੱਥੇ ਹੀ ਅੰਦਾਜ਼ ਹੀ ਇਹਦੇ ਥੋੜ੍ਹੇ ਜਿਹੇ ਛੜੱਪੇ ਛਾਲਾਂ ਛੂਲਾਂ ਲਓ ਜੀ ਬਛੇਰਾ ਬਛੂਰਾ ਵੀ ਆ ਰਿਹਾ ਜੇ ਇਹ ਜੋ ਤੇਰਾ ਭਲਾ ਜਾ ਤੇਰਾ ਓਏ ਇਹ ਫੜ ਇਹ ਲਓ ਜੀ ਮਾਸ਼ਾਅੱਲਾ ਅਸਲਾਮ ਵਾਲੇਕੁਮ ਜਨਾਬ ਇਹ ਘੋੜੀ ਜਨਾਬ ਨੁਕਰੀ ਤੁਸੀਂ ਦੇਖੀ ਹੈ ਔਰ ਤੁਹਾਨੂੰ ਮਜ਼ੀਦ ਜਿਹੜਾ ਮਾਸ਼ਾਅੱਲਾ ਦਿਖਾਉਣਾ ਇੱਕ ਵਾਰੀ ਫਿਰ ਉਹੀ ਲੈ ਜਾ ਤੂੰ ਲੈ ਬਸ ਇਹ ਲਓ ਜੀ ਮਾਸ਼ਾਅੱਲਾ ਫੋਰ ਸੇਲ ਹੈ ਜਨਾਬ ਘੋੜੀ ਅਤੇ ਅਸੀਂ ਗੱਲਬਾਤ ਵੀ ਕਰਾਂਗੇ ਜਨਾਬ ਪੁੱਛਾਂਗੇ ਵੀ ਅਤੇ ਬਾਕੀ ਫਿਰ ਇੱਕ ਵਾਰੀ ਤੁਸੀਂ ਟਰਾਈ ਦੇਖ ਲਵੋ ਘੋੜੀ ਦੀ ਖਾਬੂ ਤੋਂ ਬਗੈਰ ਯਾਨੀ ਕਿ ਖਾਬੂ ਦੇ ਨਾਲ ਕੋਈ ਕੁਛ ਵੀ ਨਹੀਂ ਉਹਨੇ ਪਾਇਆ ਹੋਇਆ ਇਹ ਮਾਸ਼ਾਅੱਲਾ ਲਿਆਉਂਦਾ ਬਿਲਕੁਲ ਬਿਲਕੁਲ ਲਓ ਜਨਾਬ ਬਛੇਰਾ ਅੱਛਾ ਤੁਸੀਂ ਇਹ ਦੱਸੋ ਜਨਾਬ ਇਹਦੀ ਕਿੰਨੀ ਕੁ ਉਮਰ ਹੈਗੀ ਘੋੜੀ ਦੀ ਅੰਦਾਜ਼ਨ ਸਾਨੂੰ ਜ਼ਿਆਦਾ ਪਤਾ ਨਹੀਂ ਹੈਗਾ ਕਿ ਉਹ ਵੱਡੇ ਭਾਈ ਨੇ ਉਹ ਵੱਡੇ ਭਾਈ ਉਹ ਤਾਂ ਇੱਥੇ ਨਹੀਂ ਹੈਗੇ ਉਹਨਾਂ ਨੂੰ ਪਤਾ ਅੱਛਾ ਜ਼ਿਆਦਾ ਨਹੀਂ ਹੈਗਾ ਮੈਨੂੰ ਲੱਗਦਾ ਪਹਿਲਾਂ ਸੂਬਾ ਹੀ ਸੋਈ ਬਸ ਹੈ ਬਛੇਰਾ ਇਹਦਾ ਇਹ ਸਾਲ ਕਦਾ ਹੈਗਾ ਬਛੇਰਾ ਹਾਂ ਸਾਲ ਦਾ ਹੈਗਾ ਪਿਛਲੇ ਸਾਲ ਹੀ ਲਿਆ ਹੋਗਾ ਬਿਲਕੁਲ ਬੱਚਾ ਸੀ ਅੱਛਾ ਇਹ ਪਿੱਛੋਂ ਸੂਈ ਸਵਾਈ ਲਿਆਂਦੀ ਕਿ ਨਾਲ ਇੱਥੇ ਸੂਈ ਸੂਈ ਸਵਾਈ ਲਿਆਂਦੀ ਸੂਈ ਸਵਾਈ ਲਿਆਂਦੀ ਠੀਕ ਹੈ ਅਤੇ ਸ਼ੌਕ ਵਾਸਤੇ ਰੱਖੀ ਹੋਈ ਹੈ ਹਾਂਜੀ ਅਤੇ ਇਹ ਜਿਹੜਾ ਬੱਚਾ ਹੈਗਾ ਉਸ ਤੋਂ ਬਾਅਦ ਮੀਆਂ ਹਮਜ਼ਾ ਨਾ ਆਹੋ ਉਹਨਾਂ ਕੋਲ ਮੀਆਂ ਹਮਜ਼ਾ ਇਹਨਾਂ ਦਾ ਅੱਛਾ ਸ਼ਬਾਸ਼ ਸ਼ਰੀਫ ਨੂੰ ਹਾਂਜੀ ਸ਼ਬਾਸ਼ ਸ਼ਰੀਫ ਉਹਨਾਂ ਕੋਲ ਜੀ ਅੱਛਾ ਲਓ ਜਨਾਬ ਇਹ ਮੀਆਂ ਹਮਜ਼ਾ ਸਾਹਿਬ ਕੋਲੋਂ ਆਈ ਮੀਆਂ ਹਮਜ਼ਾ ਸ਼ਬਾਸ਼ ਸ਼ਰੀਫ ਦੇ ਬੇਟੇ ਨੇ ਜਿਹੜੇ ਉਹਨਾਂ ਦੇ ਕੋਲੋਂ ਜਨਾਬ ਇਹ ਘੋੜੀ ਆਈ ਹੈ ਔਰ ਮਲਿਕ ਸਾਹਿਬ ਨੇ ਘੋੜੀ ਜਿਹੜਾ ਹੈਗਾ ਉਹ ਖਰੀਦੀ ਹੈ ਔਰ ਜ਼ਾਹਰੀ ਗੱਲ ਹੈ ਜੇ ਅਗਰ ਉਹਨਾਂ ਕੋਲੋਂ ਘੋੜੀ ਆਈ ਤਾਂ ਅੱਛੀ ਹੋਏਗੀ ਔਰ ਅੱਛੀ ਹੈ ਤਾਂ ਹੀ ਉਹਨਾਂ ਨੇ ਜਿਹੜਾ ਹੈਗਾ ਰੱਖੀ ਸੀ ਔਰ ਅੱਗੇ ਇਹਨਾਂ ਨੇ ਵੀ ਅੱਛੀ ਕਰਕੇ ਜਨਾਬ ਖਰੀਦੀ ਹੈ ਅਤੇ ਇਹ ਘੋੜੀ ਜੀ ਹੁਣ ਫੋਰ ਸੇਲ ਹੈ ਕਿਉਂਕਿ ਹੋਰ ਵੀ ਹੈ ਮਾਸ਼ਾਅੱਲਾ ਕਾਫੀ ਸੈਟਅਪ ਹੈਗਾ ਡੰਗਰ ਸ਼ੰਗਰ ਰੱਖੇ ਹੋਏ ਨੇ ਸਾਰਾ ਦੇਖੋ ਤੁਸੀਂ ਦੇਖਦੇ ਪਾਜੇ ਸੈਟਅਪ ਸਾਰਾ ਔਰ ਹੁਣ ਉਹ ਸੇਲ ਆਊਟ ਕਰਨਾ ਚਾਹ ਰਹੇ ਨੇ ਅਤੇ ਮਲਿਕ ਸਾਹਿਬ ਦਾ ਪੂਰਾ ਨਾਮ ਕੀ ਹੈਗਾ ਮਲਿਕ ਮੁਬਸ਼ਰ ਖੋਖਰ ਪੂਰਾ ਨਾਮ ਜੀ ਮਲਿਕ ਮੁਬਸ਼ਰ ਖੋਖਰ ਜਨਾਬ ਉਹਨਾਂ ਦਾ ਨਾਮ ਹੈ
तो उन्होंने घोड़ी उन्होंने को लीए तो ये घोड़ी हूँ फॉर सेल हैगी जी। तुम देख सकते जी बिल्कुल हर चीज़ तुहाडे सामने, कोई को पशीदगी वाली गल नहीं हैगी। चेहरा देख लो, कन्न वगैरह देख लो, पैर वेख लो, और जे अगर तुम देखो कि उनका अंदाज जो चलन का अंदाज से वह भी तुहाडे सामने, वछेरा जो छड़िया वह भी तुहाडे सामने, हाथ पैर उनके बिल्कुल साफ ने। एक साल हो गया जनाब इन्हां दे कोले इस वछेरे नूं, इस तरह ही पिछों आई है। तो यह तुम अगर देखोगे ना साढ़े लैफ्ट साइड के उत्ते तो उन्होंने मियाँ हमजा शरीफ के शहबाज शरीफ तो नवाज शरीफ उन्होंने कोठी है, तो उन्होंने नाल ही इन्हों का जनाब मेन के उत्ते ही डेरा है। मेन दे बिल्कुल उन्होंने घर के नाल ही इन्हों का डेरा है, और इन्हों के घर के जी डेरे की पहचान है वो सब नालों उत्ते वेखोगे तो ब्लू रंग के पिंजरे रखे हुए ने कबूतर के, और बड़ी तादाद भी अच्छी नसल के जनाब उन्होंने को कबूतर ने भी शौक रखते हैं। तो इंशाअल्लाह ताला इनका जोड़ा है मजीद अगर तुम ख्वाहिशमंद जे असी इंशाअल्लाह फॉर सेल वास्ते ये जानवर तुम्हें दिखा रहे हैं, तो ये असी नंबर थोड़े नाल शेयर कर देने ताकि अगर तुम मजीद मालूमात लेना चाहो या रेट शेट का करना चाहो तो वह भी तुम कर सकते जे, तो नंबर असी थोड़े नाल शेयर कर देने। इधर आओ फिर लो जनाब, तुम अपना नाम लो। अमर लो जनाब साढ़े नाल ने अमर भाई, तो अमर भाई नंबर शेयर कर देने अपना, तो अगर कोई राबता करना हो, मजीद मालूमात लैनी होोड़े के बारे या इन बारे कोई भी सवाल हो मलिक साहब इस टाइम डेरे के मौजूद नहीं है तो वह बहर गए हुए हैं, तो तुम इन्हों को भी इनफॉर्मेशन लै सकते हो। फिर एक मलिक साहब नाल गलबात करके तो मजीद जी इनफॉर्मेशन थोड़े तक पहुँच सकती है, क्योंकि साढ़े काफ़ी मेरे दोस्तों ने मैं कहा कि जी कोई नुकरी घोड़ी सानू दिखाओ, असी नुकरी घोड़ी के नाल तुहानू जिहड़ा बच्चा भी वह जिहड़ा माशाल्लाह तुसीं देख सकते हो जी काफ़ी माशाल्लाह एक साल के काफ़ी हाइट है और मजीद हाइट करेगा। और लो जनाब नंबर जरा वीर जी आराम भाई करो की नंबर जी 0321 0321 8492 8492 307 307 जनाब वीडियो अच्छी लगी हो लाइक एंड शेयर जरूर कीजिएगा, तो मेरे दोस्तों इंशाल्लाह फिर तुम मजीद ऐसी वीडियो फिर मुलाकात होगी। अल्लाह हाफिज फी मानुल्लाह जनाब। अखीरली जनाब तुम फिर एक बार जी घोड़ी की ट्राई अभी तुम्हें दिखा दें, तो थोड़े को इजाजत चाह रहे इंशाल्लाह जिते भी रवो खुश रवो आबाद रवो। तो लो जनाब अल्लाह हाफिज। बछेरा भी लाइए जी। वालेकुम सलाम जी। अगो परे हो गया तू लाला, अगो पीछे हट जा बछेरा आवेगा ही। एक मिनट ठहर जो सर गल क्यों।